ਅਸਲਾਮ ਵਾਲੇਕੁਮ ਦੋਸਤੋ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਡੇਲੀ ਦੀ ਨਿਸਬਤ ਮੁਖਤਲਿਫ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਈਦਾ ਹੈ। ਅੱਜ ਜਨਾਬ ਅਸੀਂ ਪਹੁੰਚੇ ਹਾਂ ਆਰਫ ਵਾਲੇ, ਯਾਨੀ ਕਿ ਇੱਥੇ ਮੇਰੇ ਨਾਨਕੇ ਵੀ ਨੇ, ਮਾਮੂ ਜੀ ਹੁਰੀ ਨੇ, ਅਤੇ ਇਹਨਾਂ ਕੋਲ ਜਾਨਵਰ ਜਿਹੜੇ ਨਾ ਬੜੇ ਮਾਸ਼ਾਅੱਲਾ ਕਮਾਲ ਦੇ ਹੁੰਦੇ ਨੇ, ਸ਼ੌਕ ਕਰਦੇ ਨੇ ਪਿਓ ਦਾਦੇ ਤੋਂ, ਅਤੇ ਮੈਂ ਕਿਹਾ ਤੁਹਾਨੂੰ ਵੀ ਸ਼ੌਕ ਕਰਾਈਏ। ਇੱਕ ਬਰੀਡਰ ਸੀ ਇਹਨਾਂ ਕੋਲ, ਉਹ ਖਰੀਦਦਾਰੀ ਕੀਤੀ ਹੈ, ਅਤੇ ਜਨਾਬ ਭੇਜਣਾ ਅਸੀਂ ਸ਼ੇਖੂਪੁਰੇ ਆਪਣਾ ਸਦੀਕ ਗੁੱਜਰ ਸਾਹਿਬ ਉਹਨਾਂ ਵਾਸਤੇ, ਅਤੇ ਬਾਕੀ ਗੱਲਾਂ ਬਾਤਾਂ ਇੱਧਰ ਨਾਲ ਮੇਰੇ ਖਲੋਤੇ ਨੇ ਸੈਯਦ ਅਕਮਲ ਹੁਸੈਨ ਸ਼ਾਹ ਸਾਹਿਬ, ਜਿਨ੍ਹਾਂ ਦਾ ਵੀ ਜਿਹੜੇ ਕਿ ਬੜੇ ਮਸ਼ਹੂਰੋ ਮਰੂਫ ਨੇ ਨੈੱਟ ਦੀ ਦੁਨੀਆ ਤੇ, ਇਵੇਂ ਨਾ ਬਾਬਾ ਜੀ? ਹਾਂਜੀ, ਅਸਲਾਮ ਵਾਲੇਕੁਮ ਜੀ ਬਾਬਾ ਜੀ। ਵਾਲੇਕੁਮ ਸਲਾਮ ਜੀ, ਕੀ ਹਾਲ ਨੇ? ਸਿਹਤ ਦੀ? ਸ਼ੁਕਰ ਹੈ ਅੱਲਾ ਦਾ, ਠੀਕ ਠਾਕ। ਅੱਛਾ, ਕੀ ਦੱਸੋਗੇ ਵੀ ਆਪਣਾ ਜਿਹੜਾ ਇਲਾਕਾ ਕਿਹੜਾ ਹੈ ਵੀ ਦੱਸੋ ਨਾ। ਆਪਣਾ ਇਲਾਕਾ ਆਰਫ ਵਾਲਾ ਹੈ। ਆਰਫ ਵਾਲਾ ਖਾਸ ਖਾ ਆਰਫ ਵਾਲਾ ਨੀਲੀ ਦਾ ਇਲਾਕਾ, ਤੇ ਨੂਰ ਸ਼ਾਹ ਦਾ ਇਲਾਕਾ ਵੀ ਚੰਗਾ, ਇਹ ਵੀ ਚੰਗਾ। ਬਾਕੀ ਆਪਣੇ ਕੋਲ ਜਿੰਨੀਆਂ ਮੱਝਾਂ ਨੇ ਬਹੁਤ ਚੰਗੀਆਂ ਨੇ, ਤੇ ਚੰਗਾ ਹੀ ਆਪਦਾ ਕੱਟਾ ਵੀ ਚੰਗਾ ਰੱਖੀਦਾ, ਤੇ ਝੋਟੀ ਵੀ ਚੰਗੀ ਰੱਖੀਦੀ ਹੈ। ਅੱਛਾ, ਤੇ ਇਹ ਗੱਲਾਂ ਇਵੇਂ ਹੀ ਨੇ ਵੀ ਜਿਹੜੀਆਂ ਮੱਝਾਂ ਨੇ ਝੋਟਿਆਂ ਦੇ ਬਣਦੀਆਂ ਨੇ? ਝੋਟਿਆਂ ਦੇ ਬਣਦੀਆਂ ਨੇ। ਅੱਛਾ, ਜਿਹੜਾ ਹੁਣ ਤੁਹਾਡੇ ਕੋਲ ਕੱਟਾ ਖਰੀਦਿਆ ਹੋਇਆ, ਜਿਹੜਾ ਨਾਲ ਖਲੋਤਾ ਹੋਇਆ, ਹਾਂਜੀ, ਇਹ ਕਿਵੇਂ ਮੂੰਹ ਕਿਵੇਂ ਤੇ ਕੀ ਇਹਦੀ ਗੱਲ? ਮੂੰਹ ਖੀਰਾ। ਅੱਛਾ, ਤੇ ਮਾਸ਼ਾਅੱਲਾ ਬਹੁਤ ਚੰਗਾ ਹੈ, ਬਹੁਤ ਹੀ ਚੰਗਾ ਹੈ। ਚਲੋ, ਸਹੀ ਹੋ ਗਿਆ, ਮਿਹਰਬਾਨੀ ਬਾਬਾ ਜੀ। ਆਪਣਾ ਮਾਮਾ ਜੀ ਇੱਧਰ, ਆਪਾਂ ਸੈਯਦ ਅਕਮਲ ਹੁਸੈਨ ਸ਼ਾਹ ਸਾਹਿਬ ਕੋਲ ਕੋਈ ਇੰਟਰਵਿਊ ਲੈ ਲਈਏ। ਬਾਬਾ ਜੀ ਸੁਣਾਓ, ਕੀ ਹਾਲ ਚਾਲ ਨੇ? ਜਾਨਵਰ ਬੜੇ ਸੋਹਣੇ ਤੁਹਾਡੇ ਨਾਲ, ਚੰਗੇ ਦੇ ਨਾ, ਕੋਈ ਟੈਨਸ਼ਨ ਨਹੀਂ। ਇਹ ਨੀਲੀ ਦਾ ਇਲਾਕਾ ਹੈਗਾ, ਦਰਿਆ ਸਤਲੁਜ। ਹਾਂਜੀ, ਇਹ ਜਾਨਵਰ ਚੰਗੇ ਦਿੰਦਾ, ਤੇ ਬਹੁਤ ਨਾਮ ਨਿਸ਼ਾਨ ਤੇ ਰਾਜ ਸਾਕਬ ਅਲੀ ਮਸ਼ਹੂਰ ਹੈ, ਮਸ਼ਹੂਰੋ ਮਰੂਫ ਹੈ। ਤਸੱਲੀ ਨਾਲ ਜਾਨਵਰ ਦਿੰਦਾ, ਇਹ ਨਹੀਂ ਕਿ ਖਾਚ ਖਾਚ ਕਰਕੇ ਦੇ ਦੇਵੇ। ਬੰਦੇ ਇਤਬਾਰ ਕਰਦੇ, ਤੇ ਸਾਡਾ ਨੀਲੀ ਦੇ ਇਲਾਕੇ ਚ ਹੁਣ ਝੋਟਾ ਲੈ ਕੇ ਚੱਲਿਆ। ਚਲੋ ਜੀ, ਮਿਹਰਬਾਨੀ ਸਈਏ ਸਾਹਿਬ। ਤੇ ਆਪਣਾ ਰਾਣਾ ਸ਼ਾਹਦ ਮੋਲ ਸਾਹਿਬ, ਇੱਕ ਵਾਰੀ ਕੱਟਾ ਫਿਰ ਵਹਾ ਦਿਓ ਮਾਮਾ ਜੀ, ਆ ਜਾਓ ਇੱਧਰ ਨੂੰ। ਮਾਸ਼ਾਅੱਲਾ ਜੀ, ਕੱਟੇ ਦੀ ਜਿਹੜੀ ਖੂਬਸੂਰਤੀ ਚੈੱਕ ਕਰਨੀ, ਕਿਆ ਬਾਤ ਹੈ! ਅੱਲਾ ਪਾਕ ਨੇ ਜਿਹੜਾ ਇਹਨੂੰ ਹੁਸਨ ਦਿੱਤਾ ਹੈ। ਬਕਾਇਆ ਜੀ, ਇਹ ਜਿਹੜਾ ਇਹਨਾਂ ਦੀਆਂ ਘਰ ਦੀਆਂ ਮੱਝਾਂ ਨੇ, ਉਹਨੂੰ ਇਹ ਠੱਪਾ ਕਿਹੜਾ ਰਾਣਾ ਸਾਹਿਬ ਲਾਉਂਦੇ ਜੀ? ਗੋ ਵਾਲਾ, ਉਹ ਵਾਲਾ। ਤੇ ਪੱਟ ਤੇ ਕਿਹੜਾ ਲੱਗਦਾ ਹੈ? 416। ਲਓ ਜੀ, ਇਹ ਤਸੱਲੀ ਕਰਨੀ ਕੱਟੇ ਦੀ, ਮਾਸ਼ਾਅੱਲਾ ਪਿੱਛੇ ਹੋ ਕੇ ਰਾਣਾ ਸਾਹਿਬ ਪੂਰਾ ਵਹਾ ਦਿਓ, ਤੇ ਦੱਸਣਾ ਵੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ। ਇਨਸ਼ਾਅੱਲਾ ਤਾਲਾ, ਜਾਨਵਰ ਇਹਨਾਂ ਕੋਲ ਸਾਰੇ ਕਮਾਲ ਦੇ ਹੁੰਦੇ ਨੇ, ਅਸੀਂ ਪਰਾਂ ਹੋ ਜਾਓ, ਮੈਂ ਘੁੰਮਦੇ ਜਾਓ ਪਰਲੀ ਸਾਈਡ ਤੋਂ ਵਿਖਾਓ ਜਾ ਕੇ ਕੱਟੇ ਨੂੰ। ਕੱਟੇ ਦੀ ਜਨਾਬ ਜਿਹੜੀ ਨਾ, ਇਹ ਘੱਡੀ ਹੈ ਬਰੀਕ ਪੂਸ਼ਲ, ਤੇ ਥੱਲੇ ਜਿਹੜੀ ਮੂਤਰੀ ਬਿਲਕੁਲ ਜੀ ਐਵੇਂ ਨਿਸ਼ਾਨ ਹੀ ਹੈ, ਕਿਉਂਕਿ ਇਹ ਵੀ ਇੱਕ ਕੁਆਲਿਟੀਆਂ ਦੇ ਵਿੱਚ ਆਉਂਦਾ ਹੈ। ਤੇ ਇਹ ਜਿਹੜੀਆਂ ਲੜਕੀਆਂ ਬੁੱਚ ਪਾਏ ਹੋਏ ਨੇ, ਇਵੇਂ ਨਾ ਸ਼ਾਹਦ ਭਾਈ, ਆ ਕੰਨਾਂ ਚ ਕੀ ਲੜਕੀਆਂ ਬੁੱਚ? ਹਾਂਜੀ, ਹਾਂਜੀ। ਚਲੋ ਜੀ, ਮੂੰਹ ਖੀਰਾ। ਹਾਂਜੀ, ਮੂੰਹ ਖੀਰਾ। ਅੱਛਾ, ਤੇ ਪੇਮੈਂਟ ਇਹਦੀ ਕਿਵੇਂ ਆਈ ਹੈ ਵੀ ਦੱਸੋ ਇੱਧਰ ਨੂੰ ਆ ਕੇ? ਪੇਮੈਂਟ ਭਾਈ ਹੋਰਾਂ ਨੇ ਆਨਲਾਈਨ ਕਰਵਾ ਦਿੱਤੀ ਸੀ, ਅਕਾਊਂਟ ਤੁਹਾਡੇ ਚ? ਹਾਂਜੀ। ਚਲੋ ਜੀ, ਇੱਧਰ ਨੂੰ ਰਾਣਾ ਸਾਹਿਬ। ਰਾਣਾ ਸਾਹਿਬ ਬ੍ਰੇਕ ਲਾਇਆ ਜੀ, ਇੱਕ ਮਿੰਟ। ਮੈਂ ਕਿਹਾ ਜਨਾਬ, ਜਿਹੜੇ ਅੱਜ ਦੇ ਓਨਰ ਨੇ ਨਾ, ਰਾਣਾ ਸ਼ਾਹਦ ਇਕਬਾਲ ਮੋਲ ਸਾਹਿਬ, ਉਹਨਾਂ ਨਾਲ ਵੀ ਤੁਹਾਡੀ ਗੱਲ ਛੱਲ ਕਰਾਉਂਦੇ ਆ ਜੀ। ਅਸਲਾਮ ਵਾਲੇਕੁਮ ਰਾਣਾ ਸਾਹਿਬ। ਵਾਲੇਕੁਮ ਸਲਾਮ ਜੀ। ਜੀ, ਕੀ ਹਾਲ ਚਾਲ ਨੇ? ਸਿਹਤ ਵੀ ਠੀਕ ਹੈ? ਹਾਂਜੀ, ਠੀਕ ਠਾਕ। ਮੈਂ ਕਿਹਾ ਦੱਸੋ, ਜਿਹੜਾ ਬਰੀਡਰ ਇਹ ਕਿਹੜੀ ਜੂਨ ਦਾ ਹੈ ਤੇ ਕਿਹੜੇ ਪਾਸੇ ਦਾ ਹੈ? ਇਹ ਜੀ ਸਤਲੁਜ ਨੂਰ ਸ਼ਾਹ ਦਾ। ਹਾਂਜੀ, ਨੂਰ ਸ਼ਾਹ ਦੇ ਇਲਾਕੇ ਦਾ। ਅੱਛਾ, ਤੇ ਬੜਾ ਚੰਗਾ ਕੱਟਾ ਹੈ। ਅੱਛਾ, ਤੇ ਇਹ ਕਿੰਨੇ ਚ ਸੇਲ ਹੋਇਆ ਵੀ ਦੱਸੋ? ਇਹ 3.5 ਲੱਖ ਦਾ ਜੀ। ਤੇ ਪੈਸੇ ਤੁਹਾਡੇ ਅਕਾਊਂਟ ਚ ਲਵਾਤੇ ਨੇ? ਹਾਂਜੀ, ਸਾਡੇ ਅਕਾਊਂਟ ਚ ਆ ਗਏ। ਹੁਣ ਜਨਾਬ ਸਾਨੂੰ ਇਜਾਜ਼ਤ, ਅਸੀਂ ਲੋਡ ਕਰਾ ਲਈਏ? ਹਾਂਜੀ ਬਾਬਾ ਜੀ, ਇਹ ਹੋ ਜਾ ਥੋੜਾ ਜਿਹਾ। ਅੱਛਾ, ਲੋਡ ਕਰਵਾ ਸਕਦੇ ਜੀ। ਹੋਰ ਕਿਵੇਂ? ਤੂੰ ਕਮਜ਼ੋਰ ਹੁੰਦਾ ਜਾਂਦਾ, ਖਾਇਆ ਪੀਆ ਕਰ, ਤੂੰ ਮੇਰੇ ਲਾਗੇ ਨਹੀਂ ਲੱਗਣਾ, ਪਿੱਛੇ ਪਿੱਛੇ ਨੂੰ ਹੁੰਦਾ ਹੈ।
ਬਾਬਾ ਜੀ ਹਾਤ ਆ ਗਏ ਤਸੱਲੀ ਨਾਲ। ਲਓ ਜੀ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਜ ਸਾਕਬ ਅਲੀ ਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼।